ਅਤੇ ਕੀ ਜਿਹੜੇ ਯੂਪੀ ਬਿਹਾਰ ਵਾਲੇ ਨੇ ਉਹ ਆ ਕੇ ਫਿਰ ਸਾਡੇ ਇੱਥੇ ਦਿਨ ਮਨਾਉਣ ਕਰਨਗੇ ਸ਼ਹੀਦੀ ਦਿਹਾੜੇ ਜਾਂ ਜਿੰਨੇ ਵੀ ਅਸੀਂ ਗੁਰਪੁਰਬ ਪਰਬ ਮਨਾਉਂਦੇ ਹਾਂ ਵੀ ਅਸੀਂ ਸਮਝਦੇ ਹਾਂ ਕਿ ਇਹ ਇਹਨੂੰ ਆਲੋਚਨਾ ਕਹਿ ਲਓ ਕੁਛ ਕਹਿ ਲਓ ਪੰਜ ਪਿਆਰੇ ਸਾਡੇ ਜਿਹੜੇ ਸੀ ਉਹ ਕਿੱਥੋਂ ਕਿੱਥੋਂ ਆਏ ਸੀ ਯੂਪੀ 'ਚੋਂ ਮਹਾਰਾਸ਼ਟਰ 'ਚੋਂ ਗੁਜਰਾਤ 'ਚੋਂ ਦਿੱਲੀ ਤੋਂ ਲਾਹੌਰ ਤੋਂ ਉਹ ਵੀ ਹਿੰਦੂ ਸਨ ਪੰਜਾਬ ਦੇ ਵਿੱਚ ਈਸਾਈਅਤ ਦਾ ਜ਼ੋਰ ਜਿਹੜਾ ਬਹੁਤ ਬੋਲਬਾਲਾ ਇਸ ਵੇਲੇ ਉਸ ਚੀਜ਼ ਨੂੰ ਸਾਨੂੰ ਰੋਕਣ ਦੀ ਲੋੜ ਹੈ ਉਹ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜਾ ਈਸਾਈਅਤ ਨੂੰ ਰੋਕੀਏ ਅਸੀਂ ਇਹਨਾਂ ਨੂੰ ਬੇਨਤੀ ਪੱਤਰ ਦਿੱਤਾ ਜੀ ਭਾਈ ਜਿਹੜਾ 28/12/2022 ਨੂੰ ਸਿੰਘ ਸਾਹਿਬ ਦਾ ਇੱਕ ਬਿਆਨ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿ ਪੰਜਾਬ ਵਿੱਚੋਂ ਬੱਚੇ ਜਿਹੜੇ ਨੇ ਸਾਡੇ ਪੰਜਾਬੀ ਬੱਚੇ ਬਾਹਰ ਜਾ ਰਹੇ ਨੇ ਬਹੁਤ ਤਾਦਾਦ ਵਿੱਚ ਅਤੇ ਕੀ ਜਿਹੜੇ ਯੂਪੀ ਬਿਹਾਰ ਵਾਲੇ ਨੇ ਉਹ ਆ ਕੇ ਫਿਰ ਸਾਡੇ ਇੱਥੇ ਦਿਨ ਮਨਾਉਣ ਕਰਨਗੇ ਸ਼ਹੀਦੀ ਦਿਹਾੜੇ ਜਾਂ ਜਿੰਨੇ ਵੀ ਅਸੀਂ ਗੁਰਪੁਰਬ ਪਰਬ ਮਨਾਉਂਦੇ ਹਾਂ ਉਹ ਆ ਕੇ ਮਨਾਉਣਗੇ ਤੋ ਇਸ 'ਤੇ ਅਸੀਂ ਥੋੜ੍ਹੀ ਉਹਨੂੰ ਭਾਵੇਂ ਪ੍ਰਤੀਕਿਰਿਆ ਸਮਝਣ ਪ੍ਰਤੀਕਿਰਿਆ ਨਹੀਂ ਸਾਡਾ ਤਾਂ ਸੁਝਾਅ ਹੈ ਬੇਨਤੀ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਉਹ ਬੜੇ ਉੱਚੇ ਅਹੁਦੇ 'ਤੇ ਨੇ ਸ਼੍ਰੋਮਣੀ ਅਹੁਦਾ ਉਹਨਾਂ ਦਾ ਸਿੱਖ ਜਗਤ ਦਾ ਅਤੇ ਉਹਨਾਂ ਦਾ ਇੱਕ ਇੱਕ ਬੋਲ ਜਿਹੜਾ ਉਹ ਬੜਾ ਕੀਮਤੀ ਹੈ ਉਹਦਾ ਬੜਾ ਮਤਲਬ ਹੁੰਦਾ ਸੋ ਉਹ ਸਾਡੇ ਹਿੰਦੂ ਵੀਰ ਨੇ ਯੂਪੀ ਬਿਹਾਰ ਵਾਲੇ ਉੱਥੇ ਤੁਹਾਨੂੰ ਯਾਦ ਹੋਵੇਗਾ ਮੇਰੇ ਖਿਆਲ 2018 ਦੇ ਵਿੱਚ ਉਸ ਵੇਲੇ ਦੇ ਭਾਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡੇ ਪੱਧਰ 'ਤੇ ਸਵਾਗਤ ਕੀਤਾ ਸੀ ਸਿੱਖ ਸੰਗਤਾਂ ਦਾ ਔਰ ਸਾਰੇ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਆਈਆਂ ਸਨ ਉਹਦੇ ਵਿੱਚ ਸਾਡਾ ਠਾਕੁਰ ਦਲੀਪ ਸਿੰਘ ਜੀ ਅਸੀਂ ਉਹਨਾਂ ਦੇ ਜਿਹੜੇ ਸ਼ਿਸ਼ ਸਾਂ ਅਸੀਂ ਵੀ ਉਸ ਦੇ ਵਿੱਚ ਸ਼ਾਮਿਲ ਹੋਏ ਸਾਂ ਔਰ ਜਿੰਨਾ ਉਹਨਾਂ ਨੇ ਸਵਾਗਤ ਕੀਤਾ ਸੀ ਲਾ ਮਿਸਾਲ ਸੀ ਉਹਦੇ ਵਿੱਚ ਉਸ ਵੇਲੇ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਇਹ ਵੀ ਇਹਨਾਂ ਨੇ ਵੀ ਸ਼ਿਰਕਤ ਕੀਤੀ ਸੀ ਹੋਰ ਵੀ ਮੁੱਖ ਮੰਤਰੀ ਗਏ ਸਨ ਸੋ ਇਸ ਕਰਕੇ ਸਾਨੂੰ ਇਸ ਬਿਆਨ ਤੋਂ ਮਤਲਬ ਥੋੜ੍ਹਾ ਜਿਹਾ ਹੋਇਆ ਵੀ ਅਸੀਂ ਸਮਝਦੇ ਹਾਂ ਕਿ ਇਹ ਇਹਨੂੰ ਆਲੋਚਨਾ ਕਹਿ ਲਓ ਕੁਛ ਕਹਿ ਲਓ ਅਸੀਂ ਤਾਂ ਵੈਸੇ ਬੇਨਤੀ ਪੱਤਰ ਉਹਨਾਂ ਦਾ ਉਹਦਾ ਬੜਾ ਉੱਚਾ ਹੈ ਭਾਈ ਪੰਜ ਪਿਆਰੇ ਸਾਡੇ ਜਿਹੜੇ ਸੀ ਉਹ ਕਿੱਥੋਂ ਕਿੱਥੋਂ ਆਏ ਸੀ ਯੂਪੀ 'ਚੋਂ ਮਹਾਰਾਸ਼ਟਰ 'ਚੋਂ ਗੁਜਰਾਤ 'ਚੋਂ ਦਿੱਲੀ ਤੋਂ ਲਾਹੌਰ ਤੋਂ ਉਹ ਵੀ ਹਿੰਦੂ ਸਨ ਅਸੀਂ ਜੇ ਸਿੱਖ ਵੱਧ ਸਕਦੇ ਹਾਂ ਤਾਂ ਹਿੰਦੂਆਂ ਵਿੱਚ ਹੀ ਵੱਧ ਸਕਦੇ ਹਾਂ ਪੰਜਾਬ ਦੇ ਵਿੱਚ ਈਸਾਈਅਤ ਦਾ ਜ਼ੋਰ ਜਿਹੜਾ ਬਹੁਤ ਬੋਲਬਾਲਾ ਇਸ ਵੇਲੇ ਉਸ ਚੀਜ਼ ਨੂੰ ਸਾਨੂੰ ਰੋਕਣ ਦੀ ਲੋੜ ਹੈ ਉਹ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜਾ ਈਸਾਈਅਤ ਨੂੰ ਰੋਕੀਏ ਔਰ ਜਿਹੜਾ ਆਪਣਾ ਜਿਹੜਾ ਵਿਸ਼ਾਲ ਹਿਰਦਾ ਰੱਖ ਕੇ ਅਸੀਂ ਹਿੰਦੂਆਂ ਵਿੱਚ ਹੀ ਵੱਧ ਸਕਦੇ ਹਾਂ ਉਹਨਾਂ ਨੂੰ ਸਾਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਉਹਨਾਂ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਉਹ ਇਹ ਅਸੀਂ ਬੇਨਤੀ ਪੱਤਰ ਉਹਨਾਂ ਕੋਲ ਮੇਨ ਲੈ ਕੇ ਆਏ ਹਾਂ ਔਰ ਸਿੰਘ ਸਾਹਿਬ ਕਿਰਪਾ ਕਰਨਗੇ ਉਹ ਜ਼ਰੂਰ ਇਸ ਵੱਲ ਗੱਲ ਵੱਲ ਧਿਆਨ ਦੇਣਗੇ ਸਾਨੂੰ ਇਹ ਆਸ ਅਤੇ ਕੀ ਜਿਹੜੇ ਯੂਪੀ ਬਿਹਾਰ ਵਾਲੇ ਨੇ ਉਹ ਆ ਕੇ ਫਿਰ ਸਾਡੇ ਇੱਥੇ ਦਿਨ ਮਨਾਉਣ ਕਰਨਗੇ ਸ਼ਹੀਦੀ ਦਿਹਾੜੇ ਜਾਂ ਜਿੰਨੇ ਵੀ ਅਸੀਂ ਗੁਰਪੁਰਬ ਪਰਬ ਮਨਾਉਂਦੇ ਹਾਂ ਵੀ ਅਸੀਂ ਸਮਝਦੇ ਹਾਂ ਕਿ ਇਹ ਇਹਨੂੰ ਆਲੋਚਨਾ ਕਹਿ ਲਓ ਕੁਛ ਕਹਿ ਲਓ ਪੰਜ ਪਿਆਰੇ ਸਾਡੇ ਜਿਹੜੇ ਸੀ ਉਹ ਕਿੱਥੋਂ ਕਿੱਥੋਂ ਆਏ ਸੀ ਯੂਪੀ 'ਚੋਂ ਮਹਾਰਾਸ਼ਟਰ 'ਚੋਂ ਗੁਜਰਾਤ 'ਚੋਂ ਦਿੱਲੀ ਤੋਂ ਲਾਹੌਰ ਤੋਂ ਉਹ ਵੀ ਹਿੰਦੂ ਸਨ ਪੰਜਾਬ ਦੇ ਵਿੱਚ ਈਸਾਈਅਤ ਦਾ ਜ਼ੋਰ ਜਿਹੜਾ ਬਹੁਤ ਬੋਲਬਾਲਾ ਇਸ ਵੇਲੇ ਉਸ ਚੀਜ਼ ਨੂੰ ਸਾਨੂੰ ਰੋਕਣ ਦੀ ਲੋੜ ਹੈ ਉਹ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜਾ ਈਸਾਈਅਤ ਨੂੰ ਰੋਕੀਏ